ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਲੀਡਰ ਅਮਰਪਾਲ ਸਿੰਘ ਬੋਨੀ ਇਸ ਮੌਕੇ ਤੇ ਮੌਜੂਦ ਨੇ। ਬੋਨੀ ਜੀ, ਅੱਜ ਦਾ ਜਿਹੜਾ ਕੀ ਰੂਪਰੇਖਾ ਰਹੇਗੀ ਕਾਰਜਕ੍ਰਮ ਜਿਹੜਾ? ਮੈਂ ਤੇ ਸਭ ਤੋਂ ਪਹਿਲਾਂ ਵਧਾਈ ਦੇਣਾ ਚਾਹੁੰਦਾ ਆਪਣੀ ਸੀਨੀਅਰ ਲੀਡਰਸ਼ਿਪ ਨੂੰ, ਖਾਸ ਕਰਕੇ ਸਰ ਸੁਖਦੇਵ ਸਿੰਘ ਢੀਂਸਾ ਸਾਹਿਬ ਨੂੰ, ਸਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਨੂੰ, ਸਰ ਰਵਿੰਦਰ ਸਿੰਘ ਨੂੰ, ਬੈਂਸ ਬ੍ਰਦਰਸ ਨੂੰ, ਜੀ ਕੇ ਸਾਹਿਬ ਨੂੰ, ਰਾਮੂ ਵਾਰੀਆ ਸਾਹਿਬ ਨੂੰ, ਆਪਣੇ ਸ਼ਰਨਾ ਸਾਹਿਬ ਵੀ ਆਏ ਨੇ ਕਿ ਜਿਨ੍ਹਾਂ ਨੇ ਸਾਡੇ ਵੱਢ ਵਡੇਰੇ ਦੀਆਂ, ਜਿਹਨਾਂ 90 ਸਾਲ ਹੋ ਚੱਲੇ ਆ ਸ਼੍ਰੋਮਣੀ ਅਕਾਲੀ ਦਲ ਨੂੰ, ਜਿਹੜੀਆਂ ਸਾਡੀਆਂ ਪਰੰਪਰਾਵਾਂ ਸਨ, ਜਿਹੜੀਆਂ ਮਰਿਆਦਾ ਸਨ, ਜਿਹੜੀਆਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਚੱਲਦਾ ਸੀ, ਉਹ ਘੱਟੋ ਘੱਟ ਹਾਂ ਦਾ ਨਾਰਾ ਮਾਰ ਕੇ ਸਾਨੂੰ ਆਉਣ ਵਾਲੀ ਪੀੜ੍ਹੀ ਨੂੰ ਜਾਗਰਤ ਕੀਤਾ ਆ ਕਿ ਜੋ ਸਾਡੇ ਵੱਢ ਵਡੇਰੇ ਪੁਰਖਿਆਂ ਨੇ ਜੋ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ, ਉਹਦਾ ਸਾਨੂੰ ਇੱਕ ਸ਼ੀਸ਼ੇ ਵਾਂਗ ਰੂਪ ਵਿਖਾਉਂਦੇ ਪਏ ਨੇ। ਇਹਦਾ ਮੈਂ ਧੰਨਵਾਦ ਕਰਦਾ ਇਹਨਾਂ ਦਾ। ਹੁਣ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਭਟਕ ਚੁੱਕਿਆ ਕਿਤੇ ਨਾ ਕਿਤੇ ਲੀਹਾਂ ਤੋਂ। ਉਹ ਦੇਖ ਪ੍ਰਾਈਵੇਟ ਪ੍ਰਾਈਵੇਟ ਲਿਮਿਟਡ ਕੰਪਨੀ ਬਣੀ ਵੀ ਭਟਕਿਆ ਕਿ ਬਿਆ, ਉਹਦੇ ਕਾਰੋਬਾਰੀ ਬਣੇ ਪਏ ਨੇ ਉਹਦੇ, ਜਿਸ ਜਿੱਥੇ ਮੁੱਖ ਜਿਹੜਾ ਸਿਧਾਂਤ ਸੀ ਇੱਥੋਂ ਪਾਰਟੀ ਬਣੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ, ਜਿਹੜੀ ਪੰਥਕ ਜਿੱਥੇ ਸਿੱਖੀ ਦਾ ਪੰਜਾਬੀਆਂ ਦਾ ਇਨਸਾਨੀਅਤ ਦਾ ਭਲਾ ਕਰਨਾ ਸੀ, ਉਹਦੇ ਕੁਆਂ ਦੂਰ ਚਲ ਗਏ ਨੇ, ਉਹਦੇ ਕੋਆਪਰੇਟਿਵ ਹਾਊਸ ਬਣੇ ਪਏ ਨੇ, ਡਿਕਟੇਟਰਸ਼ਿਪ ਬਣੀ ਪਈ ਉਸ ਪਾਰਟੀ ਦੇ ਵਿੱਚ। ਤੇ ਅੱਜ ਕਾਫੀ ਧੜੇ ਜਿਹੜੇ ਉੱਥੋਂ ਵੱਖਰੇ ਹੋ ਗਏ, ਅਕਾਲੀ ਦਲ ਟਕਸਾਲੀ ਵੀ ਉਹਨੇ ਧੜਾਇਆ, ਪਰ ਕੋਈ ਵੀ ਧੜੇ ਜਿੰਨੇ ਵੀ ਵੱਖਰੇ ਹੋਏ ਕਾਮਯਾਬ ਨਹੀਂ ਹੋਣ ਦਿੱਤੇ ਬਾਦਲਾਂ ਨੇ। ਇਹ ਸਮਾਂ ਰਹਿੰਦੋ, ਪੰਥ ਦੀਆਂ ਗੂੰਜਾਂ ਜੁਗਾ ਜੁਗ ਪੈਣਗੀਆਂ, ਸਮਾਂ ਰਹਿੰਦੋ, ਲੋਕਾਂ ਨੇ ਆਪੇ ਦੱਸ ਦੇਣਾ ਇਹ ਸਮਾਂ ਰਹਿੰਦੋ, ਪੰਥ ਦੀਆਂ ਗੂੰਜਾਂ ਸਦਾ ਪੈਂਦੀਆਂ ਰਹਿਣਗੀਆਂ। ਇੱਥੇ ਪਾਰਟੀ ਨਹੀਂ ਵੇਖਣੀ, ਇੱਥੇ ਵੇਖਣਾ ਸਿਧਾਂਤ ਕੀ ਹੈ, ਸੱਚਾਈ ਕੀ ਹੈ, ਖੁਦਾਈ ਕੀ ਹੈ। ਅੱਜ ਤਾਂ ਹੋਰ ਕੀ ਪ੍ਰੋਗਰਾਮ ਲਿਖੇ ਗਏ ਨੇ? ਪਹਿਲੇ ਤਾਂ ਤੁਸੀਂ ਪਾਠ ਦੇ ਭੋਗ ਪਾਏ ਨੇ, ਉਸ ਤੋਂ ਬਾਅਦ ਕਾਨਫਰੰਸ ਹੈਗੀ ਹੈ, ਕੀ ਕੀ ਮਤੇ ਲੈ ਕੇ ਆਏ? ਕਾਨਫਰੰਸ ਉਹ ਮਤੇ ਇੱਥੇ ਸਾਡੇ ਜਿਹੜੇ ਸਟੇਜ 'ਤੇ ਸਾਰੇ ਸਾਡੀ ਸੀਨੀਅਰ ਲੀਡਰਸ਼ਿਪ ਪੜ੍ਹੂਗੀ, ਸਾਰੇ ਮਤੇ ਪਾਸ ਕਰਾਵਾਂਗੇ, ਉਸ ਤੋਂ ਬਾਅਦ ਸਟੇਜ 'ਤੇ ਕੋਈ ਸੀਨੀਅਰ ਲੀਡਰਸ਼ਿਪ ਨਹੀਂ ਬੈਠੂਗੀ। ਉੱਥੇ ਜਿਹੜੇ ਕੁਰਬਾਨੀ ਵਾਲੇ ਪਰਿਵਾਰ ਨੇ, ਭਾਵੇਂ ਪੰਜਾਬੀ ਸੂਬੇ 'ਚ ਆ, ਗੁਰੂ ਕੇ ਬਾਗ ਦੇ ਮੋਰਚੇ 'ਚ ਆ, ਨਨਕਾਣਾ ਸਾਹਿਬ ਦੇ ਮੋਰਚੇ 'ਚ ਆ, ਚਾਹ ਹੋਰ ਵੀ ਜਿਹੜੇ ਪੰਜਾਬ ਦੇ ਸੰਬੰਧ, ਜਿਹੜੇ ਸੂਬੇ ਦੇ ਸਿੱਖੀ ਦੇ ਸਿਧਾਂਤ 'ਚ ਪੰਜਾਬ ਦੇ ਭਲੇ ਲਈ ਮੋਰਚੇ ਲਾਏ, ਉਹ ਪਰਿਵਾਰਾਂ ਨੂੰ ਸਟੇਜ 'ਤੇ ਬਾਇਆ ਜਾਊ, ਅਤੇ ਉਹਨਾਂ ਦੀ ਅਗਵਾਈ 'ਚ ਇਸ ਤੋਂ ਬਾਅਦ ਅਕਾਲ ਤਖਤ ਸਾਹਿਬ ਲੀਡਰਸ਼ਿਪ ਉਹਨਾਂ ਦੇ ਪਿੱਛੇ ਜਾ ਕੇ, ਉਹਨਾਂ ਦੇ ਮਗਰ ਜਾ ਕੇ ਅਕਾਲ ਤਖਤ ਸਾਹਿਬ ਨਤਮਸਤਕ ਹੋਣਗੇ। ਅੱਜ ਕੋਈ ਚੌਥਾ ਬਦਲ ਅੱਜ ਵੇਖਣ ਨੂੰ ਮਿਲ ਸਕਦਾ ਵੀ ਚੌਥੇ ਬਦਲ ਦੀ ਜਿਹੜੀ ਇਹਦੇ ਅੱਜ ਮੋਢੇ ਲੱਗ ਗਿਆ, ਪਰੰਪਰਾ ਰਹਿ ਪਈ ਆ ਜਾਣੀਆਂ ਪਿੱਛੇ, ਚਲੋ ਮੋਢਾ ਆ ਗਏ ਨੇ। ਇਹ ਸਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਅਮਰਪਾਲ ਸਿੰਘ ਬੋਨੀ, ਜਿਨ੍ਹਾਂ ਨੇ ਆਖਿਆ ਵੀ ਅੱਜ ਜਿਹੜੀ ਵੀ ਅਕਾਲੀ ਦਲ ਟਕਸਾਲੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ 90ਵਾਂ ਸਥਾਪਨਾ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ, ਇਸ ਤੋਂ ਬਾਅਦ ਜਿੰਨੀ ਵੀ ਅਕਾਲੀ ਲੀਡਰਸ਼ਿਪ ਆ ਟਕਸਾਲੀਆਂ ਦੀ ਉਹ ਕਾਨਫਰੰਸ ਕਰਨਗੇ, ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣ ਲਈ ਵੀ ਜਾਣਗੇ। ਕੈਮਰਾ ਪਰਸਨ ਮੁਕੇਸ਼ ਬਾਵਾਨਾ, ਸਿਕੰਦਰ ਪਸੀਚਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ? ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, ਪੀਆਰ, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।